ਨਸ਼ੇੜੀ ਮਾਪਿਆਂ ਨੇ 3.5 ਸਾਲ ਦੇ ਬੱਚੇ ਨੂੰ ਨਰਕ ਭੋਗਨ ਦੇ ਲਈ ਮਜਬੂਰ ਕਰ ਦਿੱਤਾ ਤੁਹਾਨੂੰ ਕਾਰਤਿਕ ਦਾ ਇੱਕ ਵੀਡੀਓ ਦਿਖਾਇਆ ਸੀ ਪਿਛਲੇ ਦਿਨੇ ਜਿਸ ਦੇ ਵਿੱਚ ਕਾਫੀ ਜ਼ਿਆਦਾ ਕਮਜ਼ੋਰ ਨਜ਼ਰ ਆ ਰਿਹਾ ਸੀ ਇਹ ਬੱਚਾ ਹੱਡੀਆਂ ਦੀ ਮੁੱਠ ਬਣ ਚੁੱਕਾ ਸੀ ਜਿਸ ਦਾ ਸਰੀਰ ਵੀ ਪੂਰੀ ਤਰ੍ਹਾਂ ਦੇ ਨਾਲ ਗਲ ਚੁੱਕਾ ਸੀ ਪਰ ਇਸ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਜਦੋਂ ਅਨਮੋਲਕਵਾਤਰਾ ਦੇ ਵੱਲੋਂ ਇਸ ਨੂੰ ਆਪਣੀ ਸੰਸਥਾ ਦੇ ਵਿੱਚ ਲਿਜਾ ਕੇ ਇਸ ਦੀ ਮਦਦ ਕੀਤੀ ਜਾਂਦੀ ਹੈ ਪ੍ਰੋਪਰ ਕੇਅਰ ਮਿਲਦੀ ਹੈ ਇਸ ਨੂੰ ਤੇ ਬੱਚਾ ਅੱਜ ਪੂਰੇ 10 ਦਿਨ ਬਾਅਦ ਬਹੁਤ ਜ਼ਿਆਦਾ ਇਸ ਨੂੰ ਫਰਕ ਮਹਿਸੂਸ ਹੋ ਰਿਹਾ ਹੈ ਉਸਦੇ ਚਿਹਰੇ ਤੋਂ ਸਾਫ਼ ਤੌਰ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੱਚੇ ਦੀ ਕੰਡੀਸ਼ਨ ਡੇ ਬਾਈ ਡੇ ਹੁਣ ਠੀਕ ਹੁੰਦੀ ਨਜ਼ਰ ਆ ਰਹੀ ਹੈ ਪਿਛਲੇ ਦਿਨੀ ਜੋ ਵੀਡੀਓ ਵਿਖਾਇਆ ਸੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਇਸ ਬੱਚੇ ਦੇ ਜੋ ਮਾਪੇ ਨਸ਼ੇੜੀ ਨੇ ਚਿੱਟੇ ਦੇ ਆਦੀ ਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਨੇ ਨਸ਼ੇ ਦੇ ਵਿੱਚ ਤੁਤ ਹੋ ਕੇ ਘਰ ਦੇ ਕਿਸੇ ਕੋਨੇ ਦੇ ਵਿੱਚ ਪੈ ਰਹੇ ਰਹਿੰਦੇ ਨੇ ਜਿਸ ਤੋਂ ਬਾਅਦ ਇਸ ਛੋਟੇ ਬੱਚੇ ਦੀ ਕੇਅਰ ਕਰਨ ਵਾਲਾ ਕੋਈ ਵੀ ਨਹੀਂ ਹੁੰਦਾ ਜੋ ਦਾਦੀ ਮਾਸੀ ਉਹ ਇਸ ਬੱਚੇ ਦੀ ਦੇਖਭਾਲ ਕਰਦੀ ਸੀ ਪਰ ਕੁਝ ਸਮਾਂ ਪਹਿਲਾਂ ਹੀ ਉਸ ਦੀ ਵੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਬੱਚਾ ਪੂਰੀ ਤਰ੍ਹਾਂ ਦਿਨ ਰੁੱਲ ਜਾਂਦਾ ਹੈ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਇਸ ਦੀ ਸਰੇ ਸੇਤ ਜੋ ਹੈ ਖਰਾਬ ਹੋ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਨਾਲ ਦੀ ਨਾਲ ਅਸੀਂ ਤੁਹਾਨੂੰ ਪੁਰਾਣੇ ਕੁਝ ਦਿਨਾਂ ਦੀਆਂ ਵੀ ਦਿਖਾ ਰਹੇ ਹਾਂ ਉਸ ਤੋਂ ਬਾਅਦ ਹੁਣ ਜਦੋਂ ਇਸ ਦੀ ਜ਼ਿੰਦਗੀ ਦੇ ਵਿੱਚ ਨਵਾਂ ਮੋੜ ਆਇਆ ਹੈ ਉਹ ਵੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਇੱਕ ਵਾਰ ਤੁਹਾਨੂੰ ਅਨਮੋਲਕ ਪਾਤਰਾਂ ਦੇ ਬਿਆਨਾਂ ਦਾ ਰੁਕਰਵਾ ਦਿੰਦੇ ਹਾਂ ਉਸ ਨੇ ਇਸ ਬੱਚੇ ਦੇ ਬਾਰੇ ਕੀ ਕੁਝ ਤਾਜ਼ਾ ਅਪਡੇਟ ਸਾਂਝੀ ਕੀਤੀ ਹੈ ਕਾਰਤਿਕ ਓਏ ਸਾਡੇ ਕਾਰਤਿਕ ਆ ਸੋਸ਼ਲ ਮੀਡੀਆ ਤੇ ਵੀਡੀਓ ਦੇਖਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਫਟਾਫਟ ਦਿਖਾ ਦਾਂ ਇਸ ਬੱਚੇ ਦੇ ਇਹ ਹਾਲਾਤ ਸੀਗੇ ਆ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਅੱਜ ਇਹ ਬੱਚਾ ਬਿਲਕੁਲ ਠੀਕ ਹੈ ਇਹ ਜਿਹੜੇ ਵੀਡੀਓ ਇਹ ਫੋਟੋਜ਼ ਨੇ ਤਕਰੀਬਨ 9 ਦੋ ਦੀਆਂ 9 ਤਰੀਕ 2 ਅੱਜ 18 19 ਤਰੀਕ ਹੈ ਤੇ ਆ ਜਿਹੜੀਆਂ ਫੋਟੋਆਂ ਨੇ ਪੁਰਾਣੀਆਂ ਨੇ ਸਾਰੀਆਂ ਇਹ ਬੱਚੇ ਦੀ ਜਿਹੜੀ ਸਟੋਰੀ ਹੈ ਇਹ 9 ਤਰੀਕ ਦੀਆਂ ਫੋਟੋਆਂ ਨੇ ਜੀ ਸਾਰੀਆਂ ਅੱਜ 19 ਤਰੀਕ ਹੋ ਗਈ ਤਕਰੀਬਨ 9 ਦਿਨ ਬਾਅਦ ਬੱਚੇ ਦੀ ਕੰਡੀਸ਼ਨ ਬਿਲਕੁਲ ਠੀਕ ਹੈ ਤੇ ਬਹੁਤ ਜਾਣੇ ਇਸ ਸਾਡੇ ਕਾਰਤਿਕ ਭਰਾ ਦੇ ਨਾਲ ਜੁੜੇ ਹੋਏ ਨੇ ਤੇ ਸਾਡਾ ਕਾਰਤਿਕ ਕਾਰਤਿਕ ਦੱਸ ਦੇ ਸਾਰੇ ਠੀਕ ਹੋ ਤੁਸੀਂ ਕਿਵੇਂ ਹੋ ਹੈਲੋ ਵਰਨ ਹੈਲੋ ਵਰਲੇ ਤੇਰਾ ਗਿਫਟ ਤੇਰੇ ਟੌイズ ਕਿੱਥੇ ਜਿਹੜੇ ਟੌイズ ਆਈ ਸੀ ਆਪਣੇ ਕੋਲ ਕਿੱਥੇ ਹੋ ਹੈ ਟੌイズ ਕਿੱਥੇ ਹੈ ਟੌイズ ਸੀ ਨਾ ਟੌイズ ਕਿੱਥੇ ਹੋ ਹੋਰ ਚਾਹੀਦੇ ਕਿੱਥੇ ਟੌイズ ਟੌイズ ਕਿੱਥੇ ਕਿੱਥੇ ਭਾਈ ਉਥੇ ਭਾਈ ਕਿੱਥੇ ਅੱਛਾ ਤੇਰਾ ਨਾਮ ਕੀ ਨਾਮ ਦੱਸ ਦੇ ਨਾਮ ਦੱਸ ਦੇ ਨਾਮ ਦੱਸ ਦੇ ਅਰੇ ਇਹਦੇ ਚ ਦੱਸ ਦੇ ਇਹਦੇ ਚ ਨਾਮ ਦੱਸ ਨਾਮ ਦੱਸੀ ਇਹ ਸਾਡੇ ਕੋਲ ਜਿਹੜਾ ਕਾਰਤਿਕ ਬੱਚਾ ਜੀ ਇਹਦੀ ਸਟੋਰੀ ਹੈ ਜਿਹੜੀ ਕਾਫੀ ਮਤਲਬ ਦਿਲ ਨੂੰ ਦਿਹਲਾਣ ਵਾਲੀ ਸਟੋਰੀ ਹੈ ਅੱਜ ਬਹੁਤ ਖੁਸ਼ ਹਾਂ ਮੈਂ ਕਿਉਂਕਿ ਇਹ ਬੱਚਾ ਫਾਈਨਲੀ ਦਰਿੰਦਗੀ ਪਰ ਇਹ ਜ਼ਿੰਦਗੀ ਚੋਂ ਨਿਕਲ ਕੇ ਇੱਕ ਖੂਬਸੂਰਤ ਜ਼ਿੰਦਗੀ ਬਤੀਤ ਕਰਨ ਦੇ ਲਈ ਜਾ ਰਿਹਾ ਹੈ ਤੇ ਤੁਹਾਡੇ ਸਾਰਿਆਂ ਦੀ ਅਰਦਾਸਾਂ ਦੀ ਦੁਆਵਾਂ ਦੀ ਪ੍ਰੇਅਰਸ ਦੀ ਬੜੀ ਲੋੜ ਹੈ ਇਹ ਜਿਹੜਾ ਕਾਰਤਿਕ ਬੱਚਾ ਹੈ ਸਾਡੇ ਕੋਲ 9 ਤਰੀਕ ਨੂੰ 9 ਫਰਵਰੀ 2023 ਸਿਵਲ ਹਸਪੀਟਲ ਦੇ ਵਿੱਚ ਸਾਡੇ ਕੋਲੇ ਕੇਸ ਆਇਆ ਸੀਗਾ ਇਹਦੇ ਗਵੰਡੀ ਤੇ ਇਹਦੇ ਚਾਚਾ ਜੀ ਜਿਹੜੇ ਇਸ ਬੱਚੇ ਨੂੰ ਸਾਡੇ ਕੋਲ ਲੈ ਕੇ ਆਏ ਸੀਗੇ ਬੱਚੇ ਦੀ ਕੰਡੀਸ਼ਨ ਬਹੁਤ ਖਰਾਬ ਸੀ ਬੱਚੇ ਦੀ ਜਿਹੜੀ ਕੰਡੀਸ਼ਨ ਹੈ ਮੈਂ ਤੁਹਾਨੂੰ ਪਹਿਲਾਂ ਵੀ ਫੋਟੋਆਂ ਦਿਖਾਈਆਂ ਹੁਣ ਫੇਰ ਫੋਟੋਸ ਦਿਖਾ ਦਿੰਨਾ ਬੱਚਾ ਸਾਡੇ ਕੋਲ ਇਸ ਕੰਡੀਸ਼ਨ ਦੇ ਨਾਲ ਆਇਆ ਸੀਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਕਰੀਬਨ ਆ ਬੱਚੇ ਦਾ ਪੂਰਾ ਬਾਡੀ ਜਿਹੜੀ ਗਲੀ ਪਈ ਹੈ ਤੁਸੀਂ ਦੇਖ ਸਕਦੇ ਹੋ ਬੱਚੇ ਦੀ ਬਾਡੀ ਪੂਰੀ ਗਲੀ ਪਈ ਹੈ ਬੱਚੇ ਦੀ ਸਾਮ ਸੰਭਾਲ ਨਾ ਹੋਣ ਕਰਕੇ ਬੱਚੇ ਦੇ ਜਿਹੜੇ ਹਾਲਾਤ ਉਹ ਇਦਾਂ ਦੇ ਹੋ ਗਏ ਸੀ ਕੀੜੇ ਤੱਕ ਚੱਲਣ ਲੱਗੇ ਸੀ ਸਰੀਰ ਦੇ ਵਿੱਚ ਪਰ ਅੱਜ ਗੁਰਸਾਹਿਬ ਦੀ ਕਿਰਪਾ ਦੇ ਨਾਲ 9 ਦਿਨਾਂ ਦੇ ਵਿੱਚ ਇਹ ਬੱਚਾ ਠੀਕ ਹੈ ਤੁਹਾਡੇ ਸਾਰਿਆਂ ਦੀਆਂ ਅਰਦਾਸਾਂ ਗੁਰਸਾਹਿਬ ਦੀ ਕਿਰਪਾ ਅਪਾਰ ਕਿਰਪਾ ਸਦਕੇ ਜਿਹੜਾ ਬੱਚਾ ਠੀਕ ਹੈ ਅਸਲ 'ਚ ਸਟੋਰੀ ਕੀ ਹੋਈ ਸੀ ਕਿ ਜਿਹੜੀ ਇਹਦੀ ਸੱਕੀ ਮਾਂ ਹੈ ਜਿੰਨੇ ਨੂੰ ਜੰਮਿਆ ਇਹ ਸਾਡੇ ਸਾਡੇ ਰੱਬ ਦੀ ਰੂਹ ਨੂੰ ਉਹ ਅਸਲ ਦੇ ਵਿੱਚ ਚਿੱਟੇ ਦੇ ਇੰਜੈਕਸ਼ਨ ਲੈਂਦੀ ਸੀ ਚਿੱਟੇ ਦੇ ਇੰਜੈਕਸ਼ਨ ਲੈਂਡ ਕਰਕੇ ਉਹਨੂੰ ਸੁਧਬੋਧ ਨਹੀਂ ਸੀ ਕਿਉਂਕਿ ਜਿਹੜਾ ਬੰਦਾ ਨਸ਼ੇ 'ਚ ਹੁੰਦਾ ਉਹਨੂੰ ਕੁਝ ਰਿਸ਼ਤਿਆਂ ਦਾ ਨਹੀਂ ਪਤਾ ਹੁੰ ਸੋਸਾਇਟੀ ਦਾ ਨਹੀਂ ਪਤਾ ਹੁੰਦਾ ਤਾਂ ਉਹ ਮਾਂ ਨੇ ਜਿਹੜਾ ਇਹਨੂੰ ਜਮਦੇ ਹੀ ਛੱਡਤਾ ਸੀ ਤਾਂ ਬੱਚਾ ਆਪਣੇ ਦਾਦਾ ਜੀ ਕੋਲ ਤੇ ਦਾਦੀ ਜੀ ਕੋਲ ਰਹਿ ਰਿਹਾ ਸੀ ਜਿਹੜਾ ਇਹਦਾ ਫਾਦਰ ਉਹ ਵੀ ਇੰਜੈਕਸ਼ਨ ਚਿੱਟੇ ਦੇ ਲਾਂਦਾ ਚਾਚਾ ਵੀ ਚਿੱਟੇ ਦੇ ਇੰਜੈਕਸ਼ਨ ਲਾਂਦਾ ਤੇ ਤੇ ਹੁਣ ਜਿਹੜੇ ਘਰ ਦੇ ਹਾਲਾਤ ਨੇ ਉਹ ਨਰਕ ਬਣੇ ਪਏ ਨੇ ਇਹ ਬੱਚੇ ਦੀ ਸਾਮ ਸੰਭਾਲ ਨਾ ਹੋਣ ਕਰਕੇ ਨਾ ਇਹ ਬੱਚਾ ਹੁਣ ਤੱਕ ਬੋਲ ਪਾਇਆ 3.5 ਸਾਲ ਦਾ ਹੋ ਗਿਆ ਨਾ ਇਹ ਰੋਟੀ ਪਾਣੀ ਖਾ ਸਕਿਆ ਤੇ ਸਿਰਫ ਇਹਦਾ ਜਿਹੜਾ ਹਾਲਾਤ ਆ ਉਹ ਤੁਹਾਨੂੰ ਪਤਾ ਹੀ ਸੋਸ਼ਲ ਮੀਡੀਆ ਤੇ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਇਨ ਪੁਰਾਣੇ ਹੁਣ ਇਹ ਬੱਚਾ ਅਡਾਪਟ ਹੋ ਚੁੱਕਿਆ ਜੀ ਸਰਕਾਰੀ ਹਸਪਤਾਲ ਸਰਕਾਰੀ ਵੈਬਸਾਈਟ ਦੇ ਥਰੂ ਸਰਕਾਰ ਦੇ ਥਰੂ ਇੱਕ ਪ੍ਰਾਈਵੇਟ ਇੱਕ ਆਸ਼ਰਮ ਦੇ ਵਿੱਚ ਉਹ ਆਸ਼ਰਮ ਹਜੇ ਮੈਂ ਰਿਵੀਲ ਨਹੀਂ ਕਰ ਸਕਦਾ ਮੈਨੂੰ ਡਾਕਟਰ ਸਾਹਿਬ ਡਾਕਟਰ ਮਹਿਕ ਜਿਹੜੇ ਨੇ ਉਹਨਾਂ ਦਾ ਬਹੁਤ ਵੱਡਾ ਮੈਂ ਥੈਂਕ ਯੂ ਆ ਇਸ ਬੱਚੇ ਦੇ ਲਈ ਕਿਉਂਕਿ ਉਹਨਾਂ ਨੇ ਬਹੁਤ ਪੇਨ ਦੇ ਨਾਲ ਇਸ ਬੱਚੇ ਦਾ ਸਾਰਾ ਟ੍ਰੀਟਮੈਂਟ ਫ੍ਰੀ ਕੀਤਾ ਤੇ ਇੱਕ ਸਾਡੇ ਚੇਅਰਮੈਨ ਸਾਹਿਬ ਨੇ ਸੀਡਬਲਯੂਸੀ ਸੁਸਾਇਟੀ ਦੇ ਮੈਂ ਇਹਨਾਂ ਦੋਨੋਂ ਸ਼ਖਸਾਂ ਦਾ ਬਹੁਤ ਵੱਡੀ ਪੱਧਰ ਤੇ ਧੰਨਵਾਦੀ ਹਾਂ ਇਹ ਐਸੀਆਂ ਰੱਬ ਦੀਆਂ ਰੂਹਾਂ ਨੇ ਤੁਸੀਂ ਸੁਣਦੇ ਹੋ ਨਾ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੈ ਇਹ ਡਾਕਟਰ ਮਹਿਕ ਵਰਗੇ ਜਿਹੜੇ ਡਾਕਟਰ ਨੇ ਸਾਬਤ ਕਰਦੇ ਨੇ ਤਾਂ ਡਾਕਟਰ ਮਹਿਕ ਸਦਕਾ ਇਹ ਬੱਚਾ ਠੀਕ ਹੋਇਆ ਤੇ ਸਹੀ ਹੱਥਾਂ ਦੇ ਵਿੱਚ ਜਾ ਰਿਹਾ ਤੁਸੀਂ ਵੀ ਕਾਰਤਿਕ ਦੀ ਪੰਚੰਗੀ ਤੰਦਰੁਸਤੀ ਲਈ ਅਰਦਾਸ ਕਰਿਓ ਇਹ ਬੱਚੇ ਨੂੰ ਇੱਕ ਪ੍ਰੋਬਲਮ ਹੈ ਜਿਹਦਾ ਮੈਂ ਨਾਮ ਨਹੀਂ ਲੈ ਸਕਦਾ ਉਹ ਬਿਮਾਰੀ ਦੀ ਤੇ ਕਾਰਤਿਕ ਜਿਹੜਾ ਪੂਰੀ ਬਾਡੀ ਹਜੇ ਹੀਲ ਹੋ ਰਹੀ ਹੈ ਹਜੇ ਵੀ ਜ਼ਖਮ ਹੈਗੇ ਨੇ ਬਾਡੀ ਦੇ ਕਾਰਤਿਕ ਸਮਾਈਲ ਕਰਕੇ ਦਿਖਾ ਦੇ ਹੱਸ ਕੇ ਦਿਖਾ ਦੇ ਦੰਦ ਸਾਈਂ ਤੇਰੇ ਦੰਦ ਹੈ ਨਹੀਂ ਦੰਦ ਕਿੱਥੇ ਗਏ ਤੇਰੇ ਦੰਦ ਕਿੱਥੇ ਗਏ ਆ ਕੌਣ ਇਹ ਕੌਣ ਆ ਭਾਜੀ ਦੱਸੀ ਕੌਣ ਦੱਸ ਦੇ ਚਲੀਏ ਫਿਰ ਆਪਾਂ ਹੈਲੋ ਕਰ ਲਾ ਫਿਰ ਚਲੀਏ ਹੈਲੋ ਕਰ ਹੈਲੋ ਕਰ ਲਾ ਹੈਲੋ ਹੈਲੋ ਇਹ ਸਾਡਾ ਕਾਰਤਿਕ ਭਰਾ ਜੀ ਮੈਂ ਜਦੋਂ ਇਹ ਬੱਚਾ ਮੇਰੇ ਕੋਲ ਆਇਆ ਸੀ ਨਾ ਮੈਂ ਇੱਕੋ ਚੀਜ਼ ਸੋਚੀ ਜਾਂਦਾ ਸੀਗਾ ਕਿ ਇਹਨੇ ਕੀ ਕਰਮ ਕੀਤੇ ਹੋਣੇ ਆ ਕਿਹੜੇ ਕਰਮ ਇਨੇ ਕੀਤੇ ਹੋਣੇ ਜਿਹੜਾ ਐਸੀ ਨਰਕ ਪਰਿਵਾਰ ਦੇ ਵਿੱਚ ਪੈਦਾ ਹੋ ਗਿਆ ਜਿੱਥੇ ਪਿਓ ਵੀ ਚਿੱਟਾ ਲਾਂਦਾ ਇੰਜੈਕਸ਼ਨ ਮਾਂ ਵੀ ਚਿੱਟਾ ਲਾਂਦੀ ਹੈ ਚਾਚਾ ਵੀ ਚਿੱਟਾ ਲਾਂਦਾ ਦਾਦਾ ਸ਼ਰਾਬੀ ਹੈ ਦਾਦੀ 6 ਮਹੀਨੇ ਪਹਿਲਾਂ ਐਕਸਪਾਇਰ ਹੋ ਗਏ ਤੇ ਬੱਚੇ ਦੇ ਲੈਟਰਿੰਗ ਬਾਥਰੂਮ 20-20 ਦਿਨ ਕੋਈ ਡਾਈਪਰ ਨਹੀਂ ਬਦਲਦਾ ਸੀ ਇਹ ਬੱਚੇ ਨੂੰ ਰੈਸਕਿਊ ਕਰਨ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਵੱਡਾ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਹੌਸਲਾ ਦਿੱਤਾ ਹਾਲਾਂਕਿ ਸਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਜਦੋਂ ਅਸੀਂ ਸੋਸ਼ਲ ਵਰਕ ਦੇ ਵਿੱਚ ਚੱਲਦੇ ਹਾਂ ਬੜਾ ਕੁਝ ਝੇਲਣਾ ਪੈਂਦਾ ਪਰ ਚਲੋ ਉਹ ਸਭ ਕੁਝ 0 ਆ ਸਾਡੇ ਮੂਰੇ ਜਦੋਂ ਅਸੀਂ ਕਾਰਤਿਕ ਬੱਚੇ ਦੀ ਸਮਾਈਲ ਦੇਖਦੇ ਆ ਇਹ ਬੱਚਾ ਹੁਣ ਠੀਕ ਹੈ ਬਿਲਕੁਲ ਤੰਦਰੁਸਤ ਹੈ ਹੁਣ ਇਹ ਆਸ਼ਰਮ ਜਾ ਰਿਹਾ ਕੱਲ ਸਵੇਰੇ 7 ਵਜੇ ਤਾਂ ਮੈਂ ਅੱਜ ਤੁਹਾਨੂੰ ਇਹਦੀ ਇਨਫੋਰਮੇਸ਼ਨ ਦੇਣੀ ਸੀ ਸਾਰੀ ਤੇ ਜਰੂਰ ਅਰਦਾਸ ਕਰਿਓ ਕਾਰਤਿਕ ਦੀ ਖੁਸ਼ਹਾਲ ਜ਼ਿੰਦਗੀ ਲਈ ਅਰਦਾਸ ਕਰਿਓ ਔਰ ਆਪਣੇ ਆਲੇ ਦੁਆਲੇ ਵੀ ਦੇਖੋ ਕਿ ਜੇ ਕੋਈ ਬੱਚਾ ਕੋਈ ਪੇਸ਼ੈਂਟ ਕੋਈ ਇਨਸਾਨ ਤੜਪ ਰਿਹਾ ਕਿਸੇ ਮੈਡੀਕਲ ਸਹੂਲਤ ਨਾ ਮਿਲਣ ਕਰਕੇ ਪਲੀਜ਼ ਸਾਡੇ ਨੰਬਰਾਂ ਤੇ ਸੰਪਰਕ ਕਰੋ ਇਸ ਵੀਡੀਓ ਨੂੰ ਦੁਨੀਆ ਦੇ ਹਰ ਕੋਨੇ ਚ ਪਹੁੰਚਾਓ ਤੇ ਇੱਕ ਇਨਸਾਨ ਹੋਣ ਦੀ ਆਪਣੇ ਮਿਸਾਲ ਦਿਓ ਆਪਣਾ ਸਬੂਤ ਦਿਓ ਕਿ ਤੁਸੀਂ ਇਨਸਾਨ ਹੋ ਤੇ ਮੈਂ ਬਾਰ ਬਾਰ ਤੁਹਾਨੂੰ ਕਾਰਤਿਕ ਦੀਆਂ ਪੁਰਾਣੀਆਂ ਫੋਟੋਆਂ ਦਿਖਾ ਰਿਹਾ ਕਿ ਤਾਂਕਿ ਤੁਹਾਨੂੰ ਪਤਾ ਲੱਗਦਾ ਰਹੇ ਆਹ ਕਾਰਤਿਕ ਦੀਆਂ ਪੁਰਾਣੀਆਂ ਫੋਟੋਆਂ ਨੇ ਜਦੋਂ ਕਾਰਤਿਕ ਸਾਡੇ ਕੋਲ ਆਇਆ ਸੀ ਕਾਰਤਿਕ ਨੇ ਜਦੋਂ ਦੁੱਧ ਪੀਤਾ ਸੀਗਾ ਬੋਟਲ ਪੀਤੀ ਸੀ ਤਾਂ ਆਇਆ ਪੀਤਾ ਸੀ ਜਿਵੇਂ ਕਾਰਤਿਕ ਨੇ ਕਿੰਨੇ ਸਾਲਾਂ ਤੋਂ ਦੁੱਧ ਹੀ ਨਹੀਂ ਪੀਤਾ ਤੇ ਇਹ ਕਾਰਤਿਕ ਦੇ ਸਾਰੇ ਹਾਲਾਤ ਨੇ ਕਾਰਤਿਕ ਦਾ ਚਾਚਾ ਜਿਹੜਾ ਇਹਨੂੰ ਸਾਡੇ ਕੋਲ ਲੈ ਕੇ ਆਇਆ ਸੀ ਦਾਦੇ ਨੇ ਇਹਨੂੰ ਛੱਡਤਾ ਆ ਬੱਚਾ ਪਰ ਹੁਣ ਬਿਲਕੁਲ ਠੀਕ ਹੈ ਬੱਚਾ ਹੁਣ ਤੁਹਾਡੇ ਸਾਰਿਆਂ ਦੀ ਅਰਦਾਸਾਂ ਸਦਕੇ ਬੱਚਾ ਠੀਕ ਹੈ ਇਹ 10 ਦਿਨ ਪੁਰਾਣੀਆਂ ਫੋਟੋਜ਼ ਨੇ ਇਹ ਬੱਚੇ ਦੀ ਫਿਰ ਅਸੀਂ ਕੇਅਰ ਟੇਕਰ ਵਾਸਤੇ ਸਪੈਸ਼ਲ ਆਪਣੇ ਟੀਮ ਮੈਂਬਰਾਂ ਦੀ ਡਿਊਟੀ ਲਈ 15 ਦਿਨ 10 ਦਿਨ ਤੋਂ ਸੌਰੀ ਸਾਡੇ ਆ ਟੀਮ ਮੈਂਬਰ ਨੇ ਇਸ ਬੱਚੇ ਨੂੰ ਸਾਮ ਸੰਭਾਲ ਕਰ ਰਹੇ ਨੇ ਤੇ ਮੈਂ ਇੱਕ ਵਾਰੀ ਫਿਰ ਡਾਕਟਰ ਮਹਿਕ ਉਹਨਾਂ ਦਾ ਬਹੁਤ ਜ਼ਿਆਦਾ ਥੈਂਕਫੁਲ ਹਾਂ ਜਿਨ੍ਹਾਂ ਨੇ ਇਸ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਇੰਨਾ ਪਿਆਰ ਕੀਤਾ ਔਰ ਮੈਂ ਇੱਕ ਵਾਰੀ ਫਿਰ ਲੋਕਾਂ ਮੂਰੇ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਗੁਰਸਹਿਬਾਂ ਨੇ ਵੀ ਕਿਹਾ ਕਿ ਬੱਚੇ ਨੇ ਜਿਹੜੇ ਉਹ ਪਰਮਾਤਮਾ ਦਾ ਰੂਪ ਹੁੰਦੇ ਨੇ ਹਨਾ ਧੀ ਜੰਮਣ ਤੇ ਦੁੱਖ ਨਾ ਜਿਤਾਓ ਕਈ ਕਿ ਮਾਵਾ ਪੈਸੇ ਵੀ ਹੈਗੇ ਨੇ ਜਿਨ੍ਹਾਂ ਦੀ ਕੁੱਖਾਂ ਸੁਨੀਆਂ ਨੇ ਸਾਲਾਂ ਸਾਲਾਂ ਤੱਕ ਅਗਰ ਤੁਸੀਂ ਕੋਈ ਆਪਣਾ ਬੱਚਾ ਘਰ ਦੇ ਵਿੱਚ ਨਹੀਂ ਰੱਖਣਾ ਚਾਹੁੰਦੇ ਤੁਸੀਂ ਨਹੀਂ ਅਫੋਰਡ ਕਰ ਸਕਦੇ ਜਾਂ ਤੁਸੀਂ ਦੁਨੀਆ ਚ ਉਹਨੂੰ ਲਿਆਏ ਤੁਹਾਡੇ ਕੋਲ ਨਹੀਂ ਪਰਵਰਿਸ਼ ਹੋ ਰਹੀ ਉਹਨੂੰ ਪਲੀਜ਼ ਮਾਰੋ ਨਾ ਇਹ ਹਾਲਾਤ ਨਾ ਕਰੋ ਉਹਨੂੰ ਚੁੱਪ ਚਾਪ ਜਾ ਕੇ ਤੁਸੀਂ ਪੁਲਿਸ ਨੂੰ ਕੰਪਲੇਂਟ ਕਰਕੇ ਸੀਡਬਲਯੂਸੀ ਸੁਸਾਇਟੀ ਦੇ ਥਰੂ ਕਿਸੇ ਨੂੰ ਅਡਾਪਟ ਕਰਾ ਦਿਓ ਇਹ ਬਿਲਕੁਲ ਲੀਗਲ ਪ੍ਰੋਸੈਸ ਹੈ ਇਹਦੇ ਵਿੱਚ ਕੋਈ ਤੁਹਾਡੀ ਤੁਹਾਨੂੰ ਕੋਈ ਲਾਨਤ ਨਹੀਂ ਪਾਏਗਾ ਕੋਈ ਤੁਹਾਡੀ ਵੀਡੀਓ ਨਹੀਂ ਪਾਏਗਾ ਕੋਈ ਤੁਹਾਨੂੰ ਤੁਹਾਡੇ ਦੇ ਕੋਲ ਪੁਲਿਸ ਕੇਸ ਨਹੀਂ ਹੋਏਗਾ ਜਾਂ ਪੰਘੂੜਾ ਸਕੀਮ ਹੈ ਪੰਘੂੜਾ ਜਿਹੜੇ ਹਰ ਸ਼ਹਿਰ ਦੇ ਵਿੱਚ ਕਿਸੇ ਨਾ ਕਿਸੇ ਆਸ਼ਰਮ ਨਾਲ ਤੁਸੀਂ ਗੂਗਲ ਤੇ ਕਰੋਗੇ ਜੁੜੇ ਹੋਏ ਨੇ ਉਹਦੇ ਵਿੱਚ ਇੱਕ ਪੰਘੂੜਾ ਬਣਿਆ ਹੋਇਆ ਇੱਕ ਟੋਕਰੀ ਜੀ ਬਣੀ ਹੋਈ ਹੈ ਜੇ ਕੋਈ ਬੰਦਾ ਆਪਣਾ ਬੱਚਾ ਨਹੀਂ ਰੱਖਣਾ ਚਾਹੁੰਦਾ ਛੋਟਾ ਭਾਵੇਂ ਕੁੜੀ ਆ ਭਾਵੇਂ ਮੁੰਡਾ ਉੱਥੇ ਜਾ ਕੇ ਰੱਖਿਓ ਉਹਦੀ ਵਧੀਆ ਸਾਮ ਸੰਭਾਲ ਹੋਏ ਉਹਨੂੰ ਕਿਸੇ ਵਧੀਆ ਕੰਟਰੀ ਦੇ ਵਿੱਚ ਅਡਾਪਟ ਕਰਾਇਆ ਜਾਏਗਾ ਕਿਸੇ ਵਧੀਆ ਮਾਪੇ ਨੂੰ ਦਿੱਤਾ ਜਾਏਗਾ ਜਿਹਨੂੰ ਉਹਦੀ ਕਦਰ ਹੋਵੇ ਪਰ ਬੱਚਿਆਂ ਦਾ ਇਹ ਹਾਲਾਤ ਕਰਨਾ ਇਹ ਬਹੁਤ ਵੱਡਾ ਪਾਪ ਹੈ ਹੋ ਸਕਦਾ ਹੈ ਜੇ ਇਹਦੇ ਮਾਪੇ ਇਹ ਬੱਚੇ ਨੂੰ ਪੰਗੂੜੇ ਦੇ ਵਿੱਚ ਜਾਂ ਗਵਰਨਮੈਂਟ ਸੁਸਾਇਟੀ ਸੀਡਬਲਯੂਸੀ ਮੈਂ ਬਾਰ ਬਾਰ ਦੱਸ ਰਿਹਾ ਚਿਲड्रन ਵੈਲਫੇਅਰ ਸੁਸਾਇਟੀ ਇਹ ਜਿਹੜੀ ਸੁਸਾਇਟੀ ਹੈ ਇਹਦੇ ਥਰੂ ਤੁਸੀਂ ਬੱਚੇ ਦੀ ਅਡਾਪਸ਼ਨ ਕਰਾ ਸਕਦੇ ਹੋ ਔਰ ਗਵਰਨਮੈਂਟ ਵੈਬਸਾਈਟਸ ਤੇ ਤੁਸੀਂ ਕਾਲ ਕਰ ਸਕਦੇ ਹੋ ਪੁਲਿਸ ਦੀ ਹੈਲਪ ਲੈ ਸਕਦੇ ਹੋ ਸਾਨੂੰ ਕਾਲ ਕਰੋ ਅਗਰ ਤੁਹਾਡੇ ਕੋਲ ਕੋਈ ਐਸਾ ਬੱਚਾ ਤੁਹਾਡੀ ਨਿਗਰਾਨੀ ਚ ਹੈਗਾ ਜਿਹੜਾ ਤੁਸੀਂ ਨਹੀਂ ਰੱਖਣਾ ਚਾਹੁੰਦੇ ਜਾਂ ਤੁਸੀਂ ਉਹਦੇ ਤੇ ਤਸ਼ੱਦਦ ਹੁੰਦੀ ਦੇਖ ਰਹੇ ਹੋ ਬੱਚੇ ਦੇ ਪਲੀਜ਼ ਸਾਨੂੰ ਸੰਪਰਕ ਕਰੋ ਹੋ ਸਕਦਾ ਹੈ ਕਿ ਤੁਹਾਡਾ ਇੱਕ ਛੋਟਾ ਜਿਹਾ ਫੋਨ ਕਾਲ ਸਾਨੂੰ ਇਨਫੋਰਮੇਸ਼ਨ ਦਵਾ ਕੇ ਅਸੀਂ ਉਹ ਬੱਚੇ ਦੀ ਜ਼ਿੰਦਗੀ ਬਚਾ ਸਕੇ ਜਿਵੇਂ ਕਾਰਤਿਕ ਦੀ ਬੱਚੀ। ਇਹ ਕਾਰਤਿਕ ਦੇ ਜੋ ਕਰਦੇ ਹਾਲਾਤ ਨੇ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ। ਜਿਹੜਾ ਜੇ ਹੋਰ 10 ਦਿਨ ਕਾਰਤਿਕ ਉਸ ਘਰ ਦੇ ਵਿੱਚ ਰਹਿ ਜਾਂਦਾ ਤਾਂ ਅੱਜ ਸ਼ਾਇਦ ਸਾਡੇ ਵਿੱਚ ਨਾ ਹੁੰਦਾ। ਪਰਮਾਤਮਾ ਨੇ ਬਹੁਤ ਸੋਹਣੀ ਜ਼ਿੰਦਗੀ ਬਖਸ਼ੀ ਸਾਨੂੰ ਸਾਰਿਆਂ ਨੂੰ। ਅਸੀਂ ਸਾਰੇ ਇਨਸਾਨ ਆ ਪਰ ਆਪਣੇ ਇਨਸਾਨ ਹੋਣ ਦਾ ਸਬੂਤ ਦਈਏ। ਬਹੁਤ ਅੱچھے ਲੋਕ ਸਮਾਜ ਦੇ ਵਿੱਚ ਹੈਗੇ ਨੇ। ਤੁਸੀਂ ਉਹ ਦੇਖੋ ਇਹ ਕਾਰਤਿਕ ਬੱਚੇ ਲਈ ਘੱਟੋ ਘੱਟ ਸਾਨੂੰ 50 ਲੱਖ ਰੁਪਏ ਡੋਨੇਸ਼ਨ ਲਈ ਫੋਨ ਆ ਗਏ। ਪਰ ਅਸੀ ਕਿ ਕਿਸੇ ਦੇ ਵੀ ਡੋਨੇਸ਼ਨਾਂ ਜਿਹੜੀ ਲਵਾ ਨਹੀਂ ਪਾਏ ਕਿਉਂ ਕਿ ਕਾਰਤਿਕ ਨੂੰ ਜਿਸ ਚੀਜ਼ ਦੀ ਲੋੜ ਸੀ ਉਹ ਸੀਗਾ ਪਿਆਰ ਉਹ ਸੀਗਾ ਮਮਤਾ ਉਹ ਸੀਗਾ ਤੁਹਾਡਾ ਟਾਈਮ ਜਿਹੜਾ ਕਿਸੇ ਕੋਲ ਨਹੀਂ ਹੈ ਕਾਰਤਿਕ ਨੂੰ ਪੈਸਿਆਂ ਦੀ ਲੋੜ ਨਹੀਂ ਸੀ ਕਾਰਤਿਕ ਨੂੰ ਲੋੜ ਸੀ ਤੁਹਾਡੇ ਪਿਆਰ ਦੀ ਤੁਹਾਡੀਆਂ ਦੁਆਵਾਂ ਦੀ ਤੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਗਰ ਕੋਈ ਵੀ ਵੀਰ ਸਾਡਾ ਵੀਡੀਓ ਦੇਖ ਰਿਹਾ ਪਲੀਜ਼ ਕਾਰਤਿਕ ਲਈ ਅਰਦਾਸ ਕਰਿਓ ਕਮੈਂਟ ਕਰਕੇ ਵਾਇਗੁਰੂ ਜੀ ਲਿਖੋ ਰਾਮ ਰਾਮ ਜੀ ਲਿਖੋ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਪਰਮਾਤਮਾ ਦੇ ਰੂਪ ਅਲੱਗ-ਅਲੱਗ ਨੇ ਪਰ ਹੈ ਰੱਬ ਇੱਕੋ ਹੀ ਉਹਨਾਂ ਨੂੰ ਅਰਦਾਸ ਕਰੋ ਕਿ ਕਾਰਤਿਕ ਸਾਡਾ ਭਰਾ ਹੁਣ ਠੀਕ ਹੋ ਕੇ ਵਧੀਆ ਜ਼ਿੰਦਗੀ ਬਤੀਤ ਕਰੇ ਠੀਕ ਹੈ ਕਾਰਤਿਕ ਕੁਝ ਕਹਿਣਾ ਤੁਸੀਂ ਹੈ ਠੀਕ ਹੈ ਤੂੰ ਠੀਕ ਹੈ ਓਏ ਕਾਰਤਿਕ ਕਾਰਤਿਕ ਠੀਕ ਹੈ ਠੀਕ ਹੈ ਤੂੰ ਦੱਸ ਦੇ ਯਾਰ ਆ ਬੱਚੇ ਨੇ ਬਹੁਤ ਜ਼ਿੰਦਗੀ ਦੇ ਵਿੱਚ ਤਸ਼ਦਦ ਸਹੀ ਹੈ ਬਹੁਤ ਜ਼ਿਆਦਾ ਜਦੋਂ ਤਾਂ ਜੰਮਿਆ ਮਾਂ ਦਾ ਪਿਆਰ ਨਹੀਂ ਮਿਲਿਆ ਮਾਂ ਦਾ ਦੁੱਧ ਨਹੀਂ ਮਿਲਿਆ ਤੇ ਉਹ ਚਿੱਟਾ ਲਾਂਦਾ ਹੈ ਸ਼ਰਾਬੀ ਚਾਚਾ ਸ਼ਰਾਬੀ ਚਿੱਟਾ ਲਾਂਦਾ ਮਾਂ ਚਿੱਟਾ ਲਾਂਦੀ ਮਾਂ ਨੇ ਇਸ ਬੱਚੇ ਨੂੰ ਦੁੱਧ ਪਿਲਾਉਣ ਦਾ 20 ਹਜ਼ਾਰ ਰੁਪਏ ਮੰਗਿਆ ਸੀ ਘਰਦਿਆਂ ਤੋਂ ਸੋਚੋ ਤੇ ਚਲੋ ਪ੍ਰਮਾਤਮਾ ਦੇ ਰੰਗ ਨੇ ਪ੍ਰਮਾਤਮਾ ਅੱਗੇ ਕਿਸੇ ਦੀ ਨਹੀਂ ਜਲਦੀ ਸਾਡੀ ਕੀ ਚੱਲੇਗੀ ਤੁਸੀਂ ਇਸ ਕਾਰਤਿਕ ਬੱਚੇ ਲਈ ਨਰ ਅਰਦਾਸ ਕਰਿਓ ਇਹਦੇ ਬ੍ਰਾਈਟ ਫਿਊਚਰ ਲਈ ਇਹ ਹੁਣ ਇੱਕ ਬੜੇ ਵਧੀਆ ਹੱਥਾਂ ਦੇ ਵਿੱਚ ਜਾ ਰਿਹਾ ਤੇ ਮੈਂ ਵੀ ਇਹਨੂੰ ਮਿਲਣ ਜਾਇਆ ਕਰੂੰਗਾ ਕਾਰਤਿਕ ਨੂੰ ਤੁਸੀਂ ਵੀ ਸਾਰੇ ਮਿਲਿਓ ਇਹਨੂੰ ਮੈਂ ਦੱਸੂਗਾ ਤੁਹਾਨੂੰ ਕਿਹੜੇ ਆਸ਼ਰਮ ਦੇ ਵਿੱਚ ਹੈ ਗਿਆ ਤੇ ਇੰਨੀਆਂ ਕਿ ਇਨਫੋਰਮੇਸ਼ਨ ਸੀਗਾ ਜੇ ਫਿਰ ਵੀ ਤੁਹਾਡੇ ਦਿਮਾਗ ਵਿੱਚ ਕੋਈ ਸਵਾਲ ਹੋਵੇ ਕਾਰਤਿਕ ਨੂੰ ਲੈ ਕੇ ਕੁਝ ਕਮੈਂਟ ਕਰ ਰਹੇ ਨੇ ਦੱਸ ਦਿਓ ਕੋਈ ਸਵਾਲ ਕੁਝ ਕਾਰਤਿਕ ਬਾਰੇ ਤੁਸੀਂ ਪੁੱਛਣਾ ਹੋਵੇ ਮੈਨੂੰ ਦੱਸ ਸਕਦੇ ਹੋ ਮੈਂ ਤੁਹਾਨੂੰ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰੂੰਗਾ ਨਹੀਂ ਤਾਂ ਤੁਸੀਂ ਸਾਡੇ ਐਨਜੀਓ ਦੇ ਫੋਨ ਨੰਬਰ ਸੇ ਕੰਟੈਕਟ ਕਰਕੇ ਕਾਲ ਕਰਕੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਬਹੁਤ ਬਹੁਤ ਧੰਨਵਾਦ ਫਿਰ ਕਹਿ ਰਿਹਾ ਆ ਲਾਸਟ ਦੇ ਵਿੱਚ ਕੀ ਇਹਦੇ ਨੂੰ ਬਹੁਤ ਅਰਦਾਸਾਂ ਦੀ ਲੋੜ ਅਰਦਾਸ ਕਰਿਓ ਸਾਡੇ ਕਾਰਤਿਕ ਪਰਾਲੀ ਠੀਕ ਹੈ ਪਹਿਲੇ ਨਾਲੋਂ ਰੈਸਕਿਊ ਹੋ ਚੁੱਕਾ ਬੱਚਾ ਬਾਕੀ ਤੁਸੀਂ ਵੀ ਜੇ ਆਪਣੇ ਕਿਸੇ ਆਂਡੀ ਗਵਾਂਡੀ ਚ ਕਿਸੇ ਬੱਚੇ ਨਾਲ ਕੋਈ ਦੇਖਦੇ ਹੋ ਉਹਦੇ ਤੇ ਕੋਈ ਤਸ਼ੱਦਦ ਹੋ ਰਹੀ ਹੈ ਤੇ ਉਹ ਜਰੂਰ ਸਾਡਾ ਕੰਟੈਕਟ ਕਰਿਓ ਅਸੀਂ ਕਿਸੇ ਬੱਚੇ ਨੂੰ ਬਚਾਉਣ ਦੇ ਵਿੱਚ ਜੇ ਕੋਸ਼ਿਸ਼ ਕਰ ਸਕੀਏ ਸਾਡਾ ਜੀਣਾ ਸਫਲ ਇਸ ਵੀਡੀਓ ਨੂੰ ਰੀਪੋਸਟ ਕਰੋ ਸ਼ੇਅਰ ਕਰੋ ਆਪਣੇ ਸਾਰੇ ਬਲੌਗਰਸ ਜਿੰਨੇ ਨੇ ਅੱਜਕੱਲ YouTube ਤੇ ਬਹੁਤ ਬਲੌਗਰ ਮੇਰੇ ਭੈਣ ਭਰਾ ਨੇ ਉਹਨਾਂ ਨੂੰ ਬੇਨਤੀ ਹੈ ਕਿ ਐਦਾਂ ਦੀਆਂ ਵੀਡੀਓਜ਼ ਕਵਰ ਕਰਿਆ ਕਰੋ ਜਿਹੜੀ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਤੇ ਬਣਾਉਣ ਦੇ ਵਿੱਚ ਬੜਾ ਵੱਡਾ ਰੋਲ ਦਾ ਕਰਨ ਤੁਸੀਂ ਆਪਣੀ ਲਾਈਫ ਦਿਖਾਉਂਦੇ ਹੋ ਤੁਹਾਨੂੰ ਲੱਖਾਂ ਲੋਕ ਦੇਖਦੇ ਨੇ ਐਦਾਂ ਦੀਆਂ ਵੀਡੀਓਜ਼ ਵੀ ਦਿਖਾਇਆ ਕਰੋ ਸਾਡੀ NGO ਚ ਐਦਾਂ ਦੇ ਬਹੁਤ ਕੇਸ ਨੇ ਇੱਕ ਸਾਡੇ ਕੋਲ ਬੱਚੀ ਰੀਆ ਸੀएमसी ਐਡਮਿਟ ਹੈ ਪੂਰੀ ਬਾਡੀ ਬਰਨ ਪੰਜ ਉਹਦੀਆਂ ਪਲਾਸਟਿਕ ਸਰਜਰੀਆਂ ਹੋਣੀਆਂ ਇੱਕ ਹੋਈ ਹੈ ਉਹਦੇ ਵਾਸਤੇ ਪੈਸਿਆਂ ਦੀ ਲੋੜ ਹੈ ਪਲੀਜ਼ ਜਾ ਕੇ ਤੁਸੀਂ ਉਸ ਬੱਚੀ ਦੀ ਹੈਲਪ ਕਰੋ ਸਾਨੂੰ ਦੱਸੋ ਜੇ ਤੁਸੀਂ ਕਰਨਾ ਚਾਹੁੰਦੇ ਹੋ ਬੜੇ ਬੱਚੇ ਨੇ ਸਾਡੇ ਕੋਲ ਸ਼ਾਮ ਨੂੰ ਰੋਜ਼ 7 ਤੋਂ 9 ਮੋਲਟਾਂ ਨੂੰ ਅਸੀਂ ਬੈਠਦੇ ਹਾਂ ਸਾਡੀ ਟੀਮ ਕੋਲ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਫਾਈਨੈਂਸ਼ੀਅਲ ਹੈਲਪ ਦੀ ਬਹੁਤ ਲੋੜ ਹੈ ਪਲੀਜ਼ ਉਹਨਾਂ ਦੀ ਹੈਲਪ ਲਈ ਆਓ ਅਰਦਾਸ ਕਰੋ ਨਹੀਂ ਆ ਸਕਦੇ ਵੀਡੀਓਜ਼ ਨੂੰ ਸ਼ੇਅਰ ਕਰੋ ਬਾਈ ਕਰਦੇ ਕਰਤੀ ਫਿਰ ਚੱਲੀਏ ਬਾਈ ਕਰਦੇ ਕਰਦੇ ਸਾਰਿਆਂ ਨੂੰ ਬਾਈ ਕਰਦੇ ਕਰਦੇ ਬਾਈ ਕਰਦੇ ਕਰਦੇ ਬਾਈ ਕਰਦੇ ਕਰਦੇ ਬਾਈ ਕਰਦੇ ਸ਼ਰਾਰਤੀ ਓਏ ਬਾਈ ਕਰਦੇ ਕਰਦੇ ਕਰ ਦੇ ਜਲਦੀ ਕਰ ਦੇ ਕਬਾਈ ਕਲ ਸਸ਼ਟ੍ਰੀ ਕਲ ਬੁਲਾ ਦੇ ਫਿਰ ਸਾਰਿਆਂ ਨੂੰ ਚਲੀਏ ਸਸ਼ਟ੍ਰੀ ਕਲ ਬੁਲਾ ਦੇ ਕਾ ਥੈਂਕ ਯੂ ਤੁਸੀਂ ਸਾਰਿਆਂ ਨੇ ਮੇਰੇ ਲਈ ਇੰਨੀਆਂ ਅਰਦਾਸਾਂ ਕੀਤੀਆਂ ਥੈਂਕ ਯੂ ਯਾਰ ਕਰਤਿਕ ਵੱਲੋਂ ਵੀ ਤੁਸੀਂ ਸਾਰਿਆਂ ਦਾ ਜਿਹ ਹੌਸਲਾ ਨਾ ਹੁੰਦਾ ਤਾਂ ਅਸੀਂ ਕਾਰਤਿਕ ਦੀ ਕਦੀ ਹੈਲਪ ਨਾ ਕਰ ਪਾਉਂਦੇ ਇਟਸ ਆਲ ਬਿਕੋਜ਼ ਆਫ ਯੋਰ ਸਪੋਰਟ ਗੁਰਸੇਵ ਦੀ ਕਿਰਪਾ ਸਾਨੂੰ ਇਸ ਕਾਬਿਲ ਬਣਾਇਆ ਪਾਪੀਆਂ ਨੂੰ ਕਿ ਜਿੰਦੇ ਜੀ ਅਸੀਂ ਵੀ ਕੋਈ ਚੰਗਾ ਕੰਮ ਕਰ ਸਕੀਏ ਤੇ ਬਾਏ ਕਰਦੇ ਹਾਰਤਿਕ ਫਿਰ ਚਲੀਏ ਅਸੀਂ ਬਾਈ ਥੈਂਕ ਯੂ ਜੀ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਥੈਂਕ ਯੂ ਕਾਰਤਿਕ ਓਏ ਸਾਡੇ ਕਾਰਤਿਕ ਆ ਸੋਸ਼ਲ ਮੀਡੀਆ ਤੇ ਵੀਡੀਓ ਦੇਖਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਫਟਾਫਟ ਦਿਖਾ ਦਾਂ ਇਸ ਬੱਚੇ ਦੇ ਇਹ ਹਾਲਾਤ ਸੀਗੇ ਆ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਅੱਜ ਇਹ ਬੱਚਾ ਬਿਲਕੁਲ ਠੀਕ ਹੈ ਇਹ ਜਿਹੜੇ ਵੀਡੀਓ ਇਹ ਫੋਟੋਜ਼ ਨੇ ਤਕਰੀਬਨ 9 ਦੋ ਦੀਆਂ 9 ਤਰੀਕ 2 ਅੱਜ 18 19 ਤਰੀਕ ਹੈ ਤੇ ਆ ਜਿਹੜੀਆਂ ਫੋਟੋਆਂ ਨੇ ਪੁਰਾਣੀਆਂ ਨੇ ਸਾਰੀਆਂ ਇਹ ਬੱਚੇ ਦੀ ਜਿਹੜੀ ਸਟੋਰੀ ਹੈ ਇਹ 9 ਤਰੀਕ ਦੀਆਂ ਫੋਟੋਆਂ ਨੇ ਜੀ ਸਾਰੀਆਂ ਅੱਜ 19 ਤਰੀਕ ਹੋ ਗਈ ਤਕਰੀਬਨ 9 ਦਿਨ ਬਾਅਦ ਬੱਚੇ ਦੀ ਕੰਡੀਸ਼ਨ ਬਿਲਕੁਲ ਠੀਕ ਹੈ ਤੇ ਬਹੁਤ ਜਾਣੇ ਇਸ ਸਾਡੇ ਕਾਰਤਿਕ ਭਰਾ ਦੇ ਨਾਲ ਜੁੜੇ ਹੋਏ ਨੇ ਤੇ ਸਾਡਾ ਕਰਤਿਕ ਕਾਰਤਿਕ ਦੱਸ ਦੇ ਸਾਰੇ ਠੀਕ ਹੋ ਤੁਸੀਂ ਕਿਵੇਂ ਹੋ ਹੈਲੋ ਵਰਨਾ ਹੈਲੋ ਵਰਲਾ ਤੇਰਾ ਗਿਫਟ ਤੇ ਟੌイズ ਕਿੱਥੇ ਜਿਹੜੇ ਟੌイズ ਆਈ ਸੀ ਆਪਣੇ ਕੋਲ ਕਿੱਥੇ ਹੋ ਹੈ ਟੌイズ ਕਿੱਥੇ ਹੈ ਟੌイズ ਸੀ ਨਾ ਟੌイズ ਕਿੱਥੇ ਹੋ ਹੋਰ ਚਾਹੀਦੇ ਕਿੱਥੇ ਟੌイズ ਟੌイズ ਕਿੱਥੇ ਕਿੱਥੇ ਭਈ ਉਥੇ ਭਈ ਕਿੱਛ ਹੈ ਅੱਛਾ ਤੇਰਾ ਨਾਮ ਕੀ ਨਾਮ ਦੱਸ ਦੇ ਨਾਮ ਦੱਸ ਦੇ ਅਰੇ ਇਹਦੇ ਚ ਦੱਸ ਦੇ ਇਹਦੇ ਚ ਨਾਮ ਦੱਸ ਨਾਮ ਦੱਸੀ ਇਹ ਸਾਡੇ ਕੋਲ ਜਿਹੜਾ ਕਾਰਤਿਕ ਬੱਚਾ ਜੀ ਇਹਦੀ ਸਟੋਰੀ ਹੈ ਜਿਹੜੀ ਕਾਫੀ ਮਤਲਬ ਦਿਲ ਨੂੰ ਦਿਹਲਾਣ ਵਾਲੀ ਸਟੋਰੀ ਹੈ ਅੱਜ ਬਹੁਤ ਖੁਸ਼ ਹਾਂ ਮੈਂ ਕਿਉਂਕਿ ਇਹ ਬੱਚਾ ਫਾਈਨਲੀ ਦਰਿੰਦਗੀ ਭਰੀ ਜ਼ਿੰਦਗੀ ਤੋਂ ਨਿਕਲ ਕੇ ਇੱਕ ਖੂਬਸੂਰਤ ਜ਼ਿੰਦਗੀ ਬਤੀਤ ਕਰਨ ਦੇ ਲਈ ਜਾ ਰਿਹਾ ਹੈ ਤੇ ਤੁਹਾਡੇ ਸਾਰਿਆਂ ਦੀ ਅਰਦਾਸਾਂ ਦੀ ਦੁਆਵਾਂ ਦੀ ਪ੍ਰੇਅਰਸ ਦੀ ਬੜੀ ਲੋੜ ਹੈ ਇਹ ਜਿਹੜਾ ਕਾਰਤਿਕ ਬੱਚਾ ਹੈ ਸਾਡੇ ਕੋਲ 9 ਤਰੀਕ ਨੂੰ 9 ਫਰਵਰੀ 2023 ਸਿਵਲ ਹਸਪੀਟਲ ਦੇ ਵਿੱਚ ਸਾਡੇ ਕੋਲੇ ਕੇਸ ਆਇਆ ਸੀਗਾ ਇਹਦੇ ਗਵੰਡੀ ਤੇ ਇਹਦੇ ਚਾਚਾ ਜੀ ਜਿਹੜੇ ਇਸ ਬੱਚੇ ਨੂੰ ਸਾਡੇ ਕੋਲ ਲੈ ਕੇ ਆਏ ਸੀਗੇ ਬੱਚੇ ਦੀ ਕੰਡੀਸ਼ਨ ਬਹੁਤ ਖਰਾਬ ਸੀ ਬੱਚੇ ਦੀ ਜਿਹੜੀ ਕੰਡੀਸ਼ਨ ਹੈ ਮੈਂ ਤੁਹਾਨੂੰ ਪਹਿਲਾਂ ਵੀ ਫੋਟੋਆਂ ਦਿਖਾਈਆਂ ਹੁਣ ਫੇਰ ਫੋਟੋਸ ਦਿਖਾ ਦਿੰਨਾ ਬੱਚਾ ਸਾਡੇ ਕੋਲ ਇਸ ਕੰਡੀਸ਼ਨ ਦੇ ਨਾਲ ਆਇਆ ਸੀਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਕਰੀਬਨ ਆ ਬੱਚੇ ਦਾ ਪੂਰਾ ਬਾਡੀ ਜਿਹੜੀ ਗਲੀ ਪਈ ਹੈ ਤੁਸੀਂ ਦੇਖ ਸਕਦੇ ਹੋ ਬੱਚੇ ਦੀ ਬਾਡੀ ਪੂਰੀ ਗਲੀ ਪਈ ਹੈ ਬੱਚੇ ਦੀ ਸਾਮ ਸੰਭਾਲ ਨਾ ਹੋਣ ਕਰਕੇ ਬੱਚੇ ਦੇ ਜਿਹੜੇ ਹਾਲਾਤ ਉਹ ਇਦਾਂ ਦੇ ਹੋ ਗਏ ਸੀ ਕੀੜੇ ਤੱਕ ਚੱਲਣ ਲੱਗੇ ਸੀ ਸਰੀਰ ਦੇ ਵਿੱਚ ਪਰ ਅੱਜ ਗੁਰਸਾਹਿਬ ਦੀ ਕਿਰਪਾ ਦੇ ਨਾਲ 9 ਦਿਨਾਂ ਦੇ ਵਿੱਚ ਇਹ ਬੱਚਾ ਠੀਕ ਹੈ ਤੁਹਾਡੇ ਸਾਰਿਆਂ ਦੀਆਂ ਅਰਦਾਸਾਂ ਗੁਰਸਾਹਿਬ ਦੀ ਕਿਰਪਾ ਅਪਾਰ ਕਿਰਪਾ ਸਦਕੇ ਜਿਹੜਾ ਬੱਚਾ ਠੀਕ ਹੈ ਅਸਲ 'ਚ ਸਟੋਰੀ ਕੀ ਹੋਈ ਸੀ ਕਿ ਜਿਹੜੀ ਇਹਦੀ ਸੱਕੀ ਮਾਂ ਹੈ ਜਿੰਨੇ ਨੂੰ ਜੰਮਿਆ ਇਹ ਸਾਡੇ ਸਾਡੇ ਰੱਬ ਦੀ ਰੂਹ ਨੂੰ ਉਹ ਅਸਲ ਦੇ ਵਿੱਚ ਚਿੱਟੇ ਦੇ ਇੰਜੈਕਸ਼ਨ ਲੈਂਦੀ ਸੀ ਚਿੱਟੇ ਦੇ ਇੰਜੈਕਸ਼ਨ ਲੈਂਡ ਕਰਕੇ ਉਹਨੂੰ ਸੁਧਬੋਧ ਨਹੀਂ ਸੀ ਕਿਉਂਕਿ ਜਿਹੜਾ ਬੰਦਾ ਨਸ਼ੇ 'ਚ ਹੁੰਦਾ ਉਹਨੂੰ ਕੁਝ ਰਿਸ਼ਤਿਤਿਆ ਦਾ ਨਹੀਂ ਪਤਾ ਹ ਸੋਸਾਇਟੀ ਦਾ ਨਹੀਂ ਪਤਾ ਹੁੰਦਾ ਤਾਂ ਉਹ ਮਾਂ ਨੇ ਜਿਹੜਾ ਇਹਨੂੰ ਜਮਦੇ ਹੀ ਛੱਡਤਾ ਸੀ ਤਾਂ ਬੱਚਾ ਆਪਣੇ ਦਾਦਾ ਜੀ ਕੋਲ ਤੇ ਦਾਦੀ ਜੀ ਕੋਲ ਰਹਿ ਰਿਹਾ ਸੀ ਜਿਹੜਾ ਇਹਦਾ ਫਾਦਰ ਉਹ ਵੀ ਇੰਜੈਕਸ਼ਨ ਚਿੱਟੇ ਦੇ ਲਾਂਦਾ ਚਾਚਾ ਵੀ ਚਿੱਟੇ ਦੇ ਇੰਜੈਕਸ਼ਨ ਲਾਂਦਾ ਤੇ ਤੇ ਹੁਣ ਜਿਹੜੇ ਘਰ ਦੇ ਹਾਲਾਤ ਨੇ ਉਹ ਨਰਕ ਬਣੇ ਪਏ ਨੇ ਇਹ ਬੱਚੇ ਦੀ ਸਾਮ ਸੰਭਾਲ ਨਾ ਹੋਣ ਕਰਕੇ ਨਾ ਇਹ ਬੱਚਾ ਹੁਣ ਤੱਕ ਬੋਲ ਪਾਇਆ 3.5 ਸਾਲ ਦਾ ਹੋ ਗਿਆ ਨਾ ਇਹ ਰੋਟੀ ਪਾਣੀ ਖਾ ਸਕਿਆ ਤੇ ਸਿਰਫ ਇਹਦਾ ਜਿਹੜਾ ਹਾਲਾਤ ਆ ਉਹ ਤੁਹਾਨੂੰ ਪਤਾ ਹੀ ਸੋਸ਼ਲ ਮੀਡੀਆ ਤੇ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਇਨ ਪੁਰਾਣੇ ਹੁਣ ਇਹ ਬੱਚਾ ਅਡਾਪਟ ਹੋ ਚੁੱਕਿਆ ਜੀ ਸਰਕਾਰੀ ਹਸਪਤਾਲ ਸਰਕਾਰੀ ਵੈਬਸਾਈਟ ਦੇ ਥਰੂ ਸਰਕਾਰ ਦੇ ਥਰੂ ਇੱਕ ਪ੍ਰਾਈਵੇਟ ਇੱਕ ਆਸ਼ਰਮ ਦੇ ਵਿੱਚ ਉਹ ਆਸ਼ਰਮ ਹਜੇ ਮੈਂ ਰਿਵੀਲ ਨਹੀਂ ਕਰ ਸਕਦਾ ਮੈਨੂੰ ਡਾਕਟਰ ਸਾਹਿਬ ਡਾਕਟਰ ਮਹਿਕ ਜਿਹੜੇ ਨੇ ਉਹਨਾਂ ਦਾ ਬਹੁਤ ਵੱਡਾ ਮੈਂ ਥੈਂਕ ਯੂ ਆ ਇਸ ਬੱਚੇ ਦੇ ਲਈ ਕਿਉਂਕਿ ਉਹਨਾਂ ਨੇ ਬਹੁਤ ਪੇਨ ਦੇ ਨਾਲ ਇਸ ਬੱਚੇ ਦਾ ਸਾਰਾ ਟ੍ਰੀਟਮੈਂਟ ਫ੍ਰੀ ਕੀਤਾ ਤੇ ਇੱਕ ਸਾਡੇ ਚੇਅਰਮੈਨ ਸਾਹਿਬ ਨੇ ਸੀਡਬਲਯੂਸੀ ਸੁਸਾਇਟੀ ਦੇ ਮੈਂ ਇਹਨਾਂ ਦੋਨੋਂ ਸ਼ਖਸਾਂ ਦਾ ਬਹੁਤ ਵੱਡੀ ਪੱਧਰ ਤੇ ਧੰਨਵਾਦੀ ਹਾਂ ਇਹ ਐਸੀਆਂ ਰੱਬ ਦੀਆਂ ਰੂਹਾਂ ਨੇ ਤੁਸੀਂ ਸੁਣਦੇ ਹੋ ਨਾ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੈ ਇਹ ਡਾਕਟਰ ਮਹਿਕ ਵਰਗੇ ਜਿਹੜੇ ਡਾਕਟਰ ਨੇ ਸਾਬਤ ਕਰਦੇ ਨੇ ਤਾਂ ਡਾਕਟਰ ਮਹਿਕ ਸਦਕਾ ਇਹ ਬੱਚਾ ਠੀਕ ਹੋਇਆ ਤੇ ਸਹੀ ਹੱਥਾਂ ਦੇ ਵਿੱਚ ਜਾ ਰਿਹਾ ਤੁਸੀਂ ਵੀ ਕਾਰਤਿਕ ਦੀ ਪੰਚੰਗੀ ਤੰਦਰੁਸਤੀ ਲਈ ਅਰਦਾਸ ਕਰਿਓ ਇਹ ਬੱਚੇ ਨੂੰ ਇੱਕ ਪ੍ਰੋਬਲਮ ਹੈ ਜਿਹਦਾ ਮੈਂ ਨਾਮ ਨਹੀਂ ਲੈ ਸਕਦਾ ਉਹ ਬਿਮਾਰੀ ਦੀ ਤੇ ਕਾਰਤਿਕ ਜਿਹੜਾ ਪੂਰੀ ਬਾਡੀ ਹਜੇ ਹੀਲ ਹੋ ਰਹੀ ਹੈ ਹਜੇ ਵੀ ਜ਼ਖਮ ਹੈਗੇ ਨੇ ਬਾਡੀ ਦੇ ਕਾਰਤਿਕ ਸਮਾਈਲ ਕਰਕੇ ਦਿਖਾ ਦੇ ਹੱਸ ਕੇ ਦਿਖਾ ਦੇ ਦੰਦ ਸਾਈਂ ਤੇਰੇ ਦੰਦ ਹੈ ਨਹੀਂ ਦੰਦ ਕਿੱਥੇ ਗਏ ਤੇਰੇ ਦੰਦ ਕਿੱਥੇ ਗਏ ਆ ਕੌਣ ਇਹ ਕੌਣ ਆ ਭਾਜੀ ਦੱਸੀ ਕੌਣ ਦੱਸ ਦੇ ਚਲੀਏ ਫਿਰ ਆਪਾਂ ਹੈਲੋ ਕਰ ਲੈ ਫਿਰ ਚਲੀਏ ਹੈਲੋ ਕਰ ਹੈਲੋ ਕਰ ਲੈ ਹੈਲੋ ਹੈਲੋ ਇਹ ਸਾਡਾ ਕਾਰਤਿਕ ਭਰਾ ਜੀ ਮੈਂ ਜਦੋਂ ਇਹ ਬੱਚਾ ਮੇਰੇ ਕੋਲ ਆਇਆ ਸੀ ਨਾ ਮੈਂ ਇੱਕੋ ਚੀਜ਼ ਸੋਚੀ ਜਾਂਦਾ ਸੀਗਾ ਕਿ ਇਹਨੇ ਕੀ ਕਰਮ ਕੀਤੇ ਹੋਣੇ ਆ ਕਿਹੜੇ ਕਰਮ ਇਨੇ ਕੀਤੇ ਹੋਣੇ ਜਿਹੜਾ ਐਸੀ ਨਰਕ ਪਰਿਵਾਰ ਦੇ ਵਿੱਚ ਪੈਦਾ ਹੋ ਗਿਆ ਜਿੱਥੇ ਪਿਓ ਵੀ ਚਿੱਟਾ ਲਾਂਦਾ ਇੰਜੈਕਸ਼ਨ ਮਾਂ ਵੀ ਚਿੱਟਾ ਲਾਂਦੀ ਹੈ ਚਾਚਾ ਵੀ ਚਿੱਟਾ ਲਾਂਦਾ ਦਾਦਾ ਸ਼ਰਾਬੀ ਹੈ ਦਾਦੀ 6 ਮਹੀਨੇ ਪਹਿਲਾਂ ਐਕਸਪਾਇਰ ਹੋ ਗਏ ਤੇ ਬੱਚੇ ਦੇ ਲੈਟਰਿੰਗ ਬਾਥਰੂਮ 20-20 ਦਿਨ ਕੋਈ ਡਾਈਪਰ ਨਹੀਂ ਬਦਲਦਾ ਸੀ ਇਹ ਬੱਚੇ ਨੂੰ ਰੈਸਕਿਊ ਕਰਨ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਹੌਸਲਾ ਦਿੱਤਾ ਹਾਲਾਂਕਿ ਸਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਜਦੋਂ ਅਸੀਂ ਸੋਸ਼ਲ ਵਰਕ ਦੇ ਵਿੱਚ ਚੱਲਦੇ ਹਾਂ ਬੜਾ ਕੁਝ ਝੇਲਣਾ ਪੈਂਦਾ ਪਰ ਚਲੋ ਉਹ ਸਭ ਕੁਝ 0 ਆ ਸਾਡੇ ਮੂਰੇ ਜਦੋਂ ਅਸੀਂ ਕਾਰਤਿਕ ਬੱਚੇ ਦੀ ਸਮਾਈਲ ਦੇਖਦੇ ਆ ਇਹ ਬੱਚਾ ਹੁਣ ਠੀਕ ਹੈ ਬਿਲਕੁਲ ਤੰਦਰੁਸਤ ਹੈ ਹੁਣ ਇਹ ਆਸ਼ਰਮ ਜਾ ਰਿਹਾ ਕੱਲ ਸਵੇਰੇ 7 ਵਜੇ ਤਾਂ ਮੈਂ ਅੱਜ ਤੁਹਾਨੂੰ ਇਹਦੀ ਇਨਫੋਰਮੇਸ਼ਨ ਦੇਣੀ ਸੀ ਸਾਰੀ ਤੇ ਜਰੂਰ ਅਰਦਾਸ ਕਰਿਓ ਕਾਰਤਿਕ ਦੀ ਖੁਸ਼ਹਾਲ ਜ਼ਿੰਦਗੀ ਲਈ ਅਰਦਾਸ ਕਰਿਓ ਔਰ ਆਪਣੇ ਆਲੇ ਦੁਆਲੇ ਵੀ ਦੇਖੋ ਕਿ ਜੇ ਕੋਈ ਬੱਚਾ ਕੋਈ ਪੇਸ਼ੈਂਟ ਕੋਈ ਇਨਸਾਨ ਤੜਪ ਰਿਹਾ ਕਿਸੇ ਮੈਡੀਕਲ ਸਹੂਲਤ ਨਾ ਮਿਲਣ ਕਰਕੇ ਪਲੀਜ਼ ਸਾਡੇ ਨੰਬਰਾਂ ਤੇ ਸੰਪਰਕ ਕਰੋ ਇਸ ਵੀਡੀਓ ਨੂੰ ਦੁਨੀਆ ਦੇ ਹਰ ਕੋਨੇ ਚ ਪਹੁੰਚਾਓ ਤੇ ਇੱਕ ਇਨਸਾਨ ਹੋਣ ਦੀ ਆਪਣੇ ਮਿਸਾਲ ਦਿਓ ਆਪਣਾ ਸਬੂਤ ਦਿਓ ਕਿ ਤੁਸੀਂ ਇਨਸਾਨ ਹੋ ਤੇ ਮੈਂ ਬਾਰ ਬਾਰ ਤੁਹਾਨੂੰ ਕਾਰਤਿਕ ਦੀਆਂ ਪੁਰਾਣੀਆਂ ਫੋਟੋਆਂ ਦਿਖਾ ਰਿਹਾ ਕਿ ਤਾਂਕਿ ਤੁਹਾਨੂੰ ਪਤਾ ਲੱਗਦਾ ਰਹੇ ਆਹ ਕਾਰਤਿਕ ਦੀਆਂ ਪੁਰਾਣੀਆਂ ਫੋਟੋਆਂ ਨੇ ਜਦੋਂ ਕਾਰਤਿਕ ਸਾਡੇ ਕੋਲ ਆਇਆ ਸੀ ਕਾਰਤਿਕ ਨੇ ਜਦੋਂ ਦੁੱਧ ਪੀਤਾ ਸੀਗਾ ਬੋਟਲ ਪੀਤੀ ਸੀ ਤਾਂ ਆਇਆ ਪੀਤਾ ਸੀ ਜਿਵੇਂ ਕਾਰਤਿਕ ਨੇ ਕਿੰਨੇ ਸਾਲਾਂ ਤੋਂ ਦੁੱਧ ਹੀ ਨਹੀਂ ਪੀਤਾ ਤੇ ਇਹ ਕਾਰਤਿਕ ਦੇ ਸਾਰੇ ਹਾਲਾਤ ਨੇ ਕਾਰਤਿਕ ਦਾ ਚਾਚਾ ਜਿਹੜਾ ਇਹਨੂੰ ਸਾਡੇ ਕੋਲ ਲੈ ਕੇ ਆਇਆ ਸੀ ਦਾਦੇ ਨੇ ਇਹਨੂੰ ਛੜਤਾ ਆ ਬੱਚਾ ਪਰ ਹੁਣ ਬਿਲਕੁਲ ਠੀਕ ਹੈ ਬੱਚਾ ਹੁਣ ਤੁਹਾਡੇ ਸਾਰਿਆਂ ਦੀ ਅਰਦਾਸਾਂ ਸਦਕੇ ਬੱਚਾ ਠੀਕ ਹੈ ਇਹ 10 ਦਿਨ ਪੁਰਾਣੀਆਂ ਫੋਟੋਜ਼ ਨੇ ਇਹ ਬੱਚੇ ਦੀ ਫਿਰ ਅਸੀਂ ਕੇਅਰ ਟੇਕਰ ਵਾਸਤੇ ਸਪੈਸ਼ਲ ਆਪਣੇ ਟੀਮ ਮੈਂਬਰਾਂ ਦੀ ਡਿਊਟੀ ਲਈ 15 ਦਿਨ 10 ਦਿਨ ਤੋਂ ਸੌਰੀ ਸਾਡੇ ਆ ਟੀਮ ਮੈਂਬਰ ਨੇ ਇਸ ਬੱਚੇ ਨੂੰ ਸਾਮ ਸੰਭਾਲ ਕਰ ਰਹੇ ਨੇ ਤੇ ਮੈਂ ਇੱਕ ਵਾਰੀ ਫਿਰ ਡਾਕਟਰ ਮਹਿਕ ਉਹਨਾਂ ਦਾ ਬਹੁਤ ਜ਼ਿਆਦਾ ਥੈਂਕਫੁਲ ਹਾਂ ਜਿਨ੍ਹਾਂ ਨੇ ਇਸ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਇੰਨਾ ਪਿਆਰ ਕੀਤਾ ਔਰ ਮੈਂ ਇੱਕ ਵਾਰੀ ਫਿਰ ਲੋਕਾਂ ਮੂਰੇ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਗੁਰਸਹਿਬਾਂ ਨੇ ਵੀ ਕਿਹਾ ਹੈ ਕਿ ਬੱਚੇ ਨੇ ਜਿਹੜੇ ਉਹ ਪਰਮਾਤਮਾ ਦਾ ਰੂਪ ਹੁੰਦੇ ਨੇ ਹਨਾ ਧੀ ਜੰਮਣ ਤੇ ਦੁੱਖ ਨਾ ਜਿਤਾਓ ਕਈ ਕਿ ਮਾਵਾ ਪੈਸੇ ਵੀ ਹੈਗੇ ਨੇ ਜਿਨ੍ਹਾਂ ਦੀ ਕੁੱਖਾਂ ਸੁਨੀਆਂ ਨੇ ਸਾਲਾਂ ਸਾਲਾਂ ਤੱਕ ਅਗਰ ਤੁਸੀਂ ਕੋਈ ਆਪਣਾ ਬੱਚਾ ਘਰ ਦੇ ਵਿੱਚ ਨਹੀਂ ਰੱਖਣਾ ਚਾਹੁੰਦੇ ਤੁਸੀਂ ਨਹੀਂ ਅਫੋਰਡ ਕਰ ਸਕਦੇ ਜਾਂ ਤੁਸੀਂ ਦੁਨੀਆ ਚ ਉਹਨੂੰ ਲਿਆਏ ਤੁਹਾਡੇ ਕੋਲ ਨਹੀਂ ਪਰਵਰਿਸ਼ ਹੋ ਰਹੀ ਉਹਨੂੰ ਪਲੀਜ਼ ਮਾਰੋ ਨਾ ਇਹ ਹਾਲਾਤ ਨਾ ਕਰੋ ਉਹਨੂੰ ਚੁੱਪ ਚਾਪ ਜਾ ਕੇ ਤੁਸੀਂ ਪੁਲਿਸ ਨੂੰ ਕੰਪਲੇਂਟ ਕਰਕੇ ਸੀਡਬਲਯੂਸੀ ਸੁਸਾਇਟੀ ਦੇ ਥਰੂ ਕਿਸੇ ਨੂੰ ਅਡਾਪਟ ਕਰਾ ਦਿਓ ਇਹ ਬਿਲਕੁਲ ਲੀਗਲ ਪ੍ਰੋਸੈਸ ਹੈ ਇਹਦੇ ਵਿੱਚ ਕੋਈ ਤੁਹਾਡੀ ਤੁਹਾਨੂੰ ਕੋਈ ਲਾਨਤ ਨਹੀਂ ਪਾਏਗਾ ਕੋਈ ਤੁਹਾਡੀ ਵੀਡੀਓ ਨਹੀਂ ਪਾਏਗਾ ਕੋਈ ਤੁਹਾਨੂੰ ਤੁਹਾਡੇ ਦੇ ਕੋਲ ਪੁਲਿਸ ਕੇਸ ਨਹੀਂ ਹੋਏਗਾ ਜਾਂ ਪੰਘੂੜਾ ਸਕੀਮ ਹੈ ਪੰਘੂੜਾ ਜਿਹੜੇ ਹਰ ਸ਼ਹਿਰ ਦੇ ਵਿੱਚ ਕਿਸੇ ਨਾ ਕਿਸੇ ਆਸ਼ਰਮ ਨਾਲ ਤੁਸੀਂ ਗੂਗਲ ਤੇ ਕਰੋਗੇ ਜੁੜੇ ਹੋਏ ਨੇ ਉਹਦੇ ਵਿੱਚ ਇੱਕ ਪੰਘੂੜਾ ਬਣਿਆ ਹੋਇਆ ਇੱਕ ਟੋਕਰੀ ਜੀ ਬਣੀ ਹੋਈ ਹੈ ਜੇ ਕੋਈ ਬੰਦਾ ਆਪਣਾ ਬੱਚਾ ਨਹੀਂ ਰੱਖਣਾ ਚਾਹੁੰਦਾ ਛੋਟਾ ਭਾਵੇਂ ਕੁੜੀ ਹੈ ਭਾਵੇਂ ਮੁੰਡਾ ਉੱਥੇ ਜਾ ਕੇ ਰੱਖਿਓ ਉਹਦੀ ਵਧੀਆ ਸਾਮ ਸੰਭਾਲ ਹੋਏ ਉਹਨੂੰ ਕਿਸੇ ਵਧੀਆ ਕੰਟਰੀ ਦੇ ਵਿੱਚ ਅਡਾਪਟ ਕਰਾਇਆ ਜਾਏਗਾ ਕਿਸੇ ਵਧੀਆ ਮਾਪੇ ਨੂੰ ਦਿੱਤਾ ਜਾਏਗਾ ਜਿਹਨੂੰ ਉਹਦੀ ਕਦਰ ਹੋਵੇ ਪਰ ਬੱਚਿਆਂ ਦਾ ਇਹ ਹਾਲਾਤ ਕਰਨਾ ਇਹ ਬਹੁਤ ਵੱਡਾ ਪਾਪ ਹੈ ਹੋ ਸਕਦਾ ਹੈ ਜੇ ਇਹਦੇ ਮਾਪੇ ਇਹ ਬੱਚੇ ਨੂੰ ਪੰਗੂੜੇ ਦੇ ਵਿੱਚ ਜਾਂ ਗਵਰਨਮੈਂਟ ਸੁਸਾਇਟੀ CWC ਮੈਂ ਬਾਰ-ਬਾਰ ਦੱਸ ਰਿਹਾ ਚਿਲड्रन ਵੈਲਫੇਅਰ ਸੁਸਾਇਟੀ ਇਹ ਜਿਹੜੀ ਸੁਸਾਇਟੀ ਹੈ ਇਹਦੇ ਥਰੂ ਤੁਸੀਂ ਬੱਚੇ ਦੀ ਅਡਾਪਸ਼ਨ ਕਰਾ ਸਕਦੇ ਹੋ ਔਰ ਗਵਰਨਮੈਂਟ ਵੈਬਸਾਈਟਸ ਤੇ ਤੁਸੀਂ ਕਾਲ ਕਰ ਸਕਦੇ ਹੋ ਪੁਲਿਸ ਦੀ ਹੈਲਪ ਲੈ ਸਕਦੇ ਹੋ ਸਾਨੂੰ ਕਾਲ ਕਰੋ ਅਗਰ ਤੁਹਾਡੇ ਕੋਲ ਕੋਈ ਐਸਾ ਬੱਚਾ ਤੁਹਾਡੀ ਨਿਗਰਾਨੀ ਚ ਹੈਗਾ ਜਿਹੜਾ ਤੁਸੀਂ ਨਹੀਂ ਰੱਖਣਾ ਚਾਹੁੰਦੇ ਜਾਂ ਤੁਸੀਂ ਉਹਦੇ ਤੇ ਤਸ਼ੱਦਦ ਹੁੰਦੀ ਦੇਖ ਰਹੇ ਹੋ ਬੱਚੇ ਦੇ ਪਲੀਜ਼ ਸਾਨੂੰ ਸੰਪਰਕ ਕਰੋ ਹੋ ਸਕਦਾ ਹੈ ਕਿ ਤੁਹਾਡਾ ਇੱਕ ਛੋਟਾ ਜਿਹਾ ਫੋਨ ਕਾਲ ਸਾਨੂੰ ਇਨਫੋਰਮੇਸ਼ਨ ਦਵਾ ਕੇ ਅਸੀਂ ਉਹ ਬੱਚੇ ਦੀ ਜ਼ਿੰਦਗੀ ਬਚਾ ਸਕੇ ਜਿਵੇਂ ਕਾਰਤਿਕ ਦੀ ਬੱਚੀ। ਇਹ ਕਾਰਤਿਕ ਦੇ ਜੋ ਕਰਦੇ ਹਾਲਾਤ ਨੇ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ। ਜਿਹੜਾ ਜੇ ਹੋਰ 10 ਦਿਨ ਕਾਰਤਿਕ ਉਸ ਘਰ ਦੇ ਵਿੱਚ ਰਹਿ ਜਾਂਦਾ ਤਾਂ ਅੱਜ ਸ਼ਾਇਦ ਸਾਡੇ ਵਿੱਚ ਨਾ ਹੁੰਦਾ। ਪਰਮਾਤਮਾ ਨੇ ਬਹੁਤ ਸੋਹਣੀ ਜ਼ਿੰਦਗੀ ਬਖਸ਼ੀ ਸਾਨੂੰ ਸਾਰਿਆਂ ਨੂੰ। ਅਸੀਂ ਸਾਰੇ ਇਨਸਾਨ ਆ ਪਰ ਆਪਣੇ ਇਨਸਾਨ ਹੋਣ ਦਾ ਸਬੂਤ ਦਈਏ। ਬਹੁਤ ਅੱچھے ਲੋਕ ਸਮਾਜ ਦੇ ਵਿੱਚ ਹੈਗੇ ਨੇ। ਤੁਸੀਂ ਉਹ ਦੇਖੋ ਇਹ ਕਾਰਤਿਕ ਬੱਚੇ ਲਈ ਘੱਟੋ ਘੱਟ ਸਾਨੂੰ 50 ਲੱਖ ਰੁਪਏ ਡੋਨੇਸ਼ਨ ਲਈ ਫੋਨ ਆ ਗਏ। ਪਰ ਅਸੀ ਕਿ ਕਿਸੇ ਦੇ ਵੀ ਡੋਨੇਸ਼ਨਾਂ ਜਿਹੜੀ ਲਵਾ ਨਹੀਂ ਪਾਏ ਕਿਉਂ ਕਿ ਕਾਰਤਿਕ ਨੂੰ ਜਿਸ ਚੀਜ਼ ਦੀ ਲੋੜ ਸੀ ਉਹ ਸੀਗਾ ਪਿਆਰ ਉਹ ਸੀਗਾ ਮਮਤਾ ਉਹ ਸੀਗਾ ਤੁਹਾਡਾ ਟਾਈਮ ਜਿਹੜਾ ਕਿਸੇ ਕੋਲ ਨਹੀਂ ਹੈ ਕਾਰਤਿਕ ਨੂੰ ਪੈਸਿਆਂ ਦੀ ਲੋੜ ਨਹੀਂ ਸੀ ਕਾਰਤਿਕ ਨੂੰ ਲੋੜ ਸੀ ਤੁਹਾਡੇ ਪਿਆਰ ਦੀ ਤੁਹਾਡੀਆਂ ਦੁਆਵਾਂ ਦੀ ਤੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਗਰ ਕੋਈ ਵੀ ਵੀਰ ਸਾਡਾ ਵੀਡੀਓ ਦੇਖ ਰਿਹਾ ਪਲੀਜ਼ ਕਾਰਤਿਕ ਲਈ ਅਰਦਾਸ ਕਰਿਓ ਕਮੈਂਟ ਕਰਕੇ ਵਾਇਗੁਰੂ ਜੀ ਲਿਖੋ ਰਾਮ ਰਾਮ ਜੀ ਲਿਖੋ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਹੋ ਪਰਮਾਤਮਾ ਦੇ ਰੂਪ ਅਲੱਗ-ਅਲੱਗ ਨੇ ਪਰ ਹੈ ਰੱਬ ਇੱਕੋ ਹੀ ਉਹਨਾਂ ਨੂੰ ਅਰਦਾਸ ਕਰੋ ਕਿ ਕਾਰਤਿਕ ਸਾਡਾ ਭਰਾ ਹੁਣ ਠੀਕ ਹੋ ਕੇ ਵਧੀਆ ਜ਼ਿੰਦਗੀ ਬਤੀਤ ਕਰੇ ਠੀਕ ਹੈ ਕਾਰਤਿਕ ਕੁਝ ਕਹਿਣਾ ਤੁਸੀਂ ਹੈ ਠੀਕ ਹੈ ਤੂੰ ਠੀਕ ਹੈ ਓਏ ਕਾਰਤਿਕ ਕਾਰਤਿਕ ਠੀਕ ਹੈ ਠੀਕ ਹੈ ਤੂੰ ਦੱਸ ਦੇ ਯਾਰ ਆ ਬੱਚੇ ਨੇ ਬਹੁਤ ਜ਼ਿੰਦਗੀ ਦੇ ਵਿੱਚ ਤਸ਼ਦਦ ਸਹੀ ਹੈ ਬਹੁਤ ਜ਼ਿਆਦਾ ਜਦੋਂ ਤਾਂ ਜੰਮਿਆ ਮਾਂ ਦਾ ਪਿਆਰ ਨਹੀਂ ਮਿਲਿਆ ਮਾਂ ਦਾ ਦੁੱਧ ਨਹੀਂ ਮਿਲਿਆ ਪਿਓ ਚਿੱਟਾ ਲਾਂਦਾ ਹੈ ਸ਼ਰਾਬੀ ਚਾਚਾ ਸ਼ਰਾਬੀ ਚਿੱਟਾ ਲਾਂਦਾ ਮਾਂ ਚਿੱਟਾ ਲਾਂਦੀ ਮਾਂ ਨੇ ਇਸ ਬੱਚੇ ਨੂੰ ਦੁੱਧ ਪਲਾਨ ਦਾ 20 ਹਜ਼ਾਰ ਰੁਪਏ ਮੰਗਿਆ ਸੀ ਘਰਦਿਆਂ ਤੋਂ ਸੋਚੋ ਤੇ ਚਲੋ ਪ੍ਰਮਾਤਮਾ ਦੇ ਰੰਗ ਨੇ ਪ੍ਰਮਾਤਮਾ ਅੱਗੇ ਕਿਸੇ ਦੀ ਨਹੀਂ ਜਲਦੀ ਸਾਡੀ ਕੀ ਚੱਲੇਗੀ ਤੁਸੀਂ ਇਸ ਕਾਰਤਿਕ ਬੱਚੇ ਲਈ ਮੈਂ ਅਰਦਾਸ ਕਰਿਓ ਇਹਦੇ ਬ੍ਰਾਈਟ ਫਿਊਚਰ ਲਈ ਇਹ ਹੁਣ ਇੱਕ ਬੜੇ ਵਧੀਆ ਹੱਥਾਂ ਦੇ ਵਿੱਚ ਜਾ ਰਿਹਾ ਤੇ ਮੈਂ ਵੀ ਇਹਨੂੰ ਮਿਲਣ ਜਾਇਆ ਕਰੂੰਗਾ ਕਾਰਤਿਕ ਨੂੰ ਤੁਸੀਂ ਵੀ ਸਾਰੇ ਮਿਲਿਓ ਇਹਨੂੰ ਮੈਂ ਦੱਸੂਗਾ ਤੁਹਾਨੂੰ ਕਿਹੜੇ ਆਸ਼ਰਮ ਦੇ ਵਿੱਚ ਇਹ ਗਿਆ ਤੇ ਇੰਨੀਆਂ ਕਿ ਇਨਫੋਰਮੇਸ਼ਨ ਸੀਗਾ ਜੇ ਫਿਰ ਵੀ ਤੁਹਾਡੇ ਦਿਮਾਗ ਵਿੱਚ ਕੋਈ ਸਵਾਲ ਹੋਵੇ ਕਾਰਤਿਕ ਨੂੰ ਲੈ ਕੇ ਕੁਝ ਕਮੈਂਟ ਕਰ ਰਹੇ ਹੋ ਦੱਸ ਦਿਓ ਕੋਈ ਸਵਾਲ ਕੁਝ ਕਾਰਤਿਕ ਬਾਰੇ ਤੁਸੀਂ ਪੁੱਛਣਾ ਹੋਵੇ ਮੈਨੂੰ ਦੱਸ ਸਕਦੇ ਹੋ ਮੈਂ ਤੁਹਾਨੂੰ ਜਵਾਬ ਦੇਣ ਦੀ ਜ਼ਰੂਰ ਕੋਸ਼ਿਸ਼ ਕਰੂੰਗਾ ਨਹੀਂ ਤਾਂ ਤੁਸੀਂ ਸਾਡੇ ਐਨਜੀਓ ਦੇ ਫੋਨ ਨੰਬਰ ਸੇ ਕੰਟੈਕਟ ਕਰਕੇ ਕਾਲ ਕਰਕੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਬਹੁਤ ਬਹੁਤ ਧੰਨਵਾਦ ਫਿਰ ਕਹਿ ਰਿਹਾ ਆ ਲਾਸਟ ਦੇ ਵਿੱਚ ਕੀ ਇਹਦੇ ਨੂੰ ਬਹੁਤ ਅਰਦਾਸਾਂ ਦੀ ਲੋੜ ਅਰਦਾਸ ਕਰਿਓ ਸਾਡੇ ਕਾਰਤਿਕ ਪਰਾਲੀ ਠੀਕ ਹੈ ਪਹਿਲੇ ਨਾਲੋਂ ਰੈਸਕਿਊ ਹੋ ਚੁੱਕਾ ਬੱਚਾ ਬਾਕੀ ਤੁਸੀਂ ਵੀ ਜੇ ਆਪਣੇ ਕਿਸੇ ਆਂਡੀ ਗਵਾਂਡੀ ਚ ਕਿਸੇ ਬੱਚੇ ਨਾਲ ਕੋਈ ਦੇਖਦੇ ਹੋ ਉਹਦੇ ਤੇ ਕੋਈ ਤਸ਼ੱਦਦ ਹੋ ਰਹੀ ਹੈ ਤੇ ਉਹ ਜਰੂਰ ਸਾਡਾ ਕੰਟੈਕਟ ਕਰਿਓ ਅਸੀਂ ਕਿਸੇ ਬੱਚੇ ਨੂੰ ਬਚਾਉਣ ਦੇ ਵਿੱਚ ਜੇ ਕੋਸ਼ਿਸ਼ ਕਰ ਸਕੀਏ ਸਾਡਾ ਜੀਣਾ ਸਫਲ ਇਸ ਵੀਡੀਓ ਨੂੰ ਰੀਪੋਸਟ ਕਰੋ ਸ਼ੇਅਰ ਕਰੋ ਆਪਣੇ ਸਾਰੇ ਬਲੌਗਰਸ ਜਿੰਨੇ ਨੇ ਅੱਜਕੱਲ YouTube ਤੇ ਬਹੁਤ ਬਲੌਗਰ ਮੇਰੇ ਭੈਣ ਭਰਾ ਨੇ ਉਹਨਾਂ ਨੂੰ ਬੇਨਤੀ ਹੈ ਕਿ ਐਦਾਂ ਦੀਆਂ ਵੀਡੀਓਜ਼ ਕਵਰ ਕਰਿਆ ਕਰੋ ਜਿਹੜੀ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਤੇ ਬਣਾਉਣ ਦੇ ਵਿੱਚ ਬੜਾ ਵੱਡਾ ਰੋਲ ਦਾ ਕਰਨ ਤੁਸੀਂ ਆਪਣੀ ਲਾਈਫ ਦਿਖਾਉਂਦੇ ਹੋ ਤੁਹਾਨੂੰ ਲੱਖਾਂ ਲੋਕ ਦੇਖਦੇ ਨੇ ਐਦਾਂ ਦੀਆਂ ਵੀਡੀਓਜ਼ ਵੀ ਦਿਖਾਇਆ ਕਰੋ ਸਾਡੀ NGO ਚ ਐਦਾਂ ਦੇ ਬਹੁਤ ਕੇਸ ਨੇ ਇੱਕ ਸਾਡੇ ਕੋਲ ਬੱਚੀ ਰੀਆ ਸੀएमसी ਐਡਮਿਟ ਆ ਪੂਰੀ ਬਾਡੀ ਬਰਨ ਪੰਜ ਉਹਦੀਆਂ ਪਲਾਸਟਿਕ ਸਰਜਰੀਆਂ ਹੋਣੀਆਂ ਇੱਕ ਹੋਈ ਹੈ ਉਹਦੇ ਹਾਸਤੇ ਪੈਸਿਆਂ ਦੀ ਲੋੜ ਹੈ ਪਲੀਜ਼ ਜਾ ਕੇ ਤੁਸੀਂ ਉਸ ਬੱਚੀ ਦੀ ਹੈਲਪ ਕਰੋ ਸਾਨੂੰ ਦੱਸੋ ਜੇ ਤੁਸੀਂ ਕਰਨਾ ਚਾਹੁੰਦੇ ਹੋ ਬੜੇ ਬੱਚੇ ਨੇ ਸਾਡੇ ਕੋਲ ਸ਼ਾਮ ਨੂੰ ਰੋਜ਼ 7 ਤੋਂ 9 ਮੋਲਟਾਂ ਨੂੰ ਅਸੀਂ ਬੈਠਦੇ ਹਾਂ ਸਾਡੀ ਟੀਮ ਕੋਲ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਫਾਈਨੈਂਸ਼ੀਅਲ ਹੈਲਪ ਦੀ ਬਹੁਤ ਲੋੜ ਹੈ ਪਲੀਜ਼ ਉਹਨਾਂ ਦੀ ਹੈਲਪ ਲਈ ਆਓ ਅਰਦਾਸ ਕਰੋ ਨਹੀਂ ਆ ਸਕਦੇ ਵੀਡੀਓਜ਼ ਨੂੰ ਸ਼ੇਅਰ ਕਰੋ ਬਾਈ ਕਰਦੇ ਕਰਤੀ ਫਿਰ ਚਲਿਏ ਬਾਈ ਕਰਦੇ ਕਰਦੇ ਸਾਰਿਆਂ ਨੂੰ ਬਾਈ ਕਰਦੇ ਕਰਦੇ ਬਾਈ ਕਰਦੇ ਕਰਦੇ ਬਾਈ ਕਰਦੇ ਕਰਦੇ ਬਾਈ ਕਰਦੇ ਸ਼ਰਾਰਤੀ ਓਏ ਬਾਈ ਕਰਦੇ ਕਰਦੇ ਕਰ ਦੇ ਜਲਦੀ ਕਰ ਦੇ ਕੁਬਾਏ ਕੱਲ ਸਸ਼ਟ੍ਰੀ ਕੱਲ ਬੁਲਾ ਦੇ ਫਿਰ ਸਾਰਿਆਂ ਨੂੰ ਚਲੀਏ ਸਸ਼ਟ੍ਰੀ ਕੱਲ ਬੁਲਾ ਦੇ ਕਾ ਥੈਂਕ ਯੂ ਤੁਸੀਂ ਸਾਰਿਆਂ ਨੇ ਮੇਰੇ ਲਈ ਇੰਨੀਆਂ ਅਰਦਾਸਾਂ ਕੀਤੀਆਂ ਥੈਂਕ ਯੂ ਯਾਰ ਕਾਰਤਿਕ ਵੱਲੋਂ ਵੀ ਤੁਸੀਂ ਸਾਰਿਆਂ ਦਾ ਜਿਹ ਹੌਸਲਾ ਨਾ ਹੁੰਦਾ ਤਾਂ ਅਸੀਂ ਕਾਰਤਿਕ ਦੀ ਕਦੀ ਹਲਕਾ ਨਾ ਕਰ ਪਾਂਗੇ ਇਟਸ ਆਲ ਬਿਕੋਜ਼ ਆਫ ਯੋਰ ਸਪੋਰਟ ਗੁਰਸੇਵ ਦੀ ਕਿਰਪਾ ਸਾਨੂੰ ਇਸ ਕਾਬਲ ਬਣਾਇਆ ਪਾਪੀਆਂ ਨੂੰ ਕਿ ਜਿੰਦੇ ਜੀ ਅਸੀਂ ਵੀ ਕੋਈ ਚੰਗਾ ਕੰਮ ਕਰ ਸਕੀਏ ਤੇ ਬਾਏ ਕਰਦੇ ਹਾਰਤਿਕ ਫਿਰ ਚਲੀਏ ਅਸੀਂ ਬਾਏ ਥੈਂਕ ਯੂ ਜੀ ਬਾਏ ਗੁਰੂ ਜੀ ਦਾ ਖਾਲਸਾ ਬਾਏ ਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਥੈਂਕ ਯੂ